ਲੁਧਿਆਣਾ ਦੇ ਹਾਈਵੇ ਦੇ ਨਜ਼ਦੀਕ ਪਿੰਡ ਪੰਡੋਰੀ ਦੇ ਨੇੜੇ ਇੱਕ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਥਾਰ ਵਿੱਚ ਸਵਾਰ ਨੌਜਵਾਨ ਵਿਆਹ ਤੋਂ ਵਾਪਸ ਪਰਤ ਰਹੇ ਸੀ ਤੇ ਤੇਜ਼ ਰਫ਼ਤਾਰ ਕਾਰਨ ਥਾਰ ਟਰੱਕ ਥੱਲੇ ਜਾ ਵੜੀ ਹੈ। ਦੱਸਿਆ ਜਾ ਰਿਹਾ ਕਿ ਥਾਰ ਵਿੱਚ ਸਵਾਰ ਦੋ ਸਗੇ ਭਰਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਦੋ ਨੌਜਵਾਨ ਜ਼ਖਮੀ ਹੋ ਗਏ ਸੀ, ਪਰ ਹੁਣ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਜ਼ਖਮੀ ਹੋਏ ਨੌਜਵਾਨਾਂ ਦੀ ਵੀ ਮੌਤ ਹੋ ਗਈ ਹੈ। ਨੌਜਵਾਨਾਂ ਦੀ ਉਮਰ ਤਕਰੀਬਨ 20-25 ਸਾਲ ਦੱਸੀ ਜਾ ਰਹੀ ਹੈ। ਕੋਈ ਕਾਰਨ ਪਤਾ ਲੱਗਿਆ ਜੀ ਵੀ ਦੇਰ ਰਾਤ ਜੋ ਹਾਦਸਾ ਹੋਇਆ ਦਾ ਕੋਈ ਪ੍ਰਸ਼ਾਸਨ ਵੱਲੋਂ ਕੁਝ ਨਾ ਜੀ? ਸਾਨੂੰ ਤਾਂ ਜੀ ਫੋਨ ਗਿਆ ਵੀ ਐਂ ਕਰਕੇ ਪਹਿਲਾਂ ਉਹਦੀ ਮੰਮੀ ਨੇ ਫੋਨ ਲਾਇਆ ਵੀ ਪੁੱਤ ਆ ਜਾ, ਕਹਿੰਦਾ ਜੀ ਮੈਂ ਰੋਟੀ ਖਾ ਰਿਹਾ ਵਾਂ ਵੀ ਮੰਮੀ ਮੈਂ ਤੁਰ ਰਿਹਾ ਵਾਂ। ਉਸ ਤੋਂ ਬਾਅਦ ਫਿਰ ਫੋਨ ਲਾਇਆ ਅੱਧੇ ਘੰਟੇ ਬਾਅਦ, ਮੰਮੀ ਨੂੰ ਕਹਿੰਦਾ ਵੀ ਮੰਮੀ ਅਤੇ ਵੀ ਮੈਂ ਤੁਰਨ ਲੱਗਿਆ ਵਾਂ, ਅਤੇ ਫਿਰ ਉਹਨੇ ਲਾਇਆ ਫੋਨ ਅਤੇ ਫੋਨ ਨਹੀਂ ਚੱਕਿਆ ਜੀ ਤਿੰਨਾਂ ਜਣਿਆਂ ਨੇ, ਮੁੰਡਿਆਂ ਨੇ। ਫਿਰ ਕਿਸੇ ਗੁਆਂਢੀ ਨੂੰ ਫੋਨ ਲਾਇਆ, ਗੁਆਂਢੀ ਨੇ ਦੱਸਿਆ ਵੀ ਇਸ ਕਰਕੇ ਵੀ ਹਾਦਸਾ ਹੋ ਗਿਆ ਵਾ। ਕੋਈ ਗੱਲ ਪਤਾ ਲੱਗੀ ਹਾਦਸਾ ਹੋਣ ਦਾ ਕਾਰਨ ਕੀ ਸੀਗਾ? ਕੁਛ ਕਾਰਨ ਜੀ ਇਹੀ ਕਹਿੰਦੇ ਸੀ ਜਿਹੜਾ ਮੁੰਡਾ ਨਾਲ ਸੀ ਇਹਦਾ, ਦੋ ਭਰਾ ਸੀ ਜਿਹੜੇ ਸਕੇ ਵੀ ਉਹ ਫੋਟੋ ਕਰ ਰਿਹਾ ਸੀਗਾ ਪਿੱਛੇ, ਠੀਕ ਹੈ ਜੀ। ਉਹ ਫੋਟੋ ਕਰਨ ਦੇ ਨਾਲ ਉਹ ਪਿੱਛੇ ਦੇਖਣ ਲੱਗ ਕੇ ਜਾ ਕੇ ਉਹਦੇ ਟਰੈਕਟਰ ਦੇ ਥੱਲੇ, ਟਰੱਕ ਦੇ ਥੱਲੇ ਵੜ ਗਿਆ ਜੀ। ਵੀ ਜੀਪ ਦੇ ਵਿੱਚ ਸੈਲਫੀ ਕਰ ਰਹੇ ਸੀ? ਹਾਂਜੀ ਜੀਪ ਦੇ ਵਿੱਚ ਜੀ। ਹਾਂਜੀ ਉਹਨਾਂ ਨੂੰ ਭੁਲੇਖਾ ਲੱਗ ਗਿਆ ਪਿੱਛੇ, ਐਂ ਦੇਖਣ ਲੱਗਿਆ ਧੌਣ ਮਰੋੜ ਕੇ ਜਾਨੂੰ, ਤਾਂ ਹਾਦਸਾ ਹੋ ਗਿਆ। ਹਾਂ ਸੈਲਫੀ ਜਾਣ ਕੇ ਹਾਦਸੇ ਦਾ ਕਾਰਨ ਬਣ ਗਈ ਇੱਕ? ਹਾਂਜੀ ਸੈਲਫੀ ਜਾਂਦੇ ਟਰਾਲੇ ਦੇ ਪਿੱਛੋਂ ਟਕਰਾ ਗਈ, ਜਿਸ ਨਾਲ ਇੱਕ ਬੜੀ ਮਾੜੀ ਦੁਰਘਟਨਾ ਵਾਪਰੀ ਤੇ ਉਹ ਚਾਰੇ ਨੌਜਵਾਨਾਂ ਦੀ, ਦੋ ਦੀ ਮੌਕੇ ਤੇ ਡੈਥ ਹੋ ਗਈ ਤੇ ਦੋ ਦੀ ਜਾ ਕੇ DMC ਡੈਥ ਹੋ ਗਈ। ਇਹਦੇ 'ਚ ਅਸੀਂ 174 ਦੀ ਕਾਰਵਾਈ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਸੀਂ ਲੈ ਰਹੇ ਹਾਂ। ਚਾਰਾਂ ਨੌਜਵਾਨਾਂ ਦਾ ਜਿਹੜਾ ਪੋਸਟਮਾਰਟਮ ਚੱਲ ਰਿਹਾ, ਪੋਸਟਮਾਰਟਮ ਤੋਂ ਬਾਅਦ ਉਹਨਾਂ ਦੇ ਜਿਹੜੇ ਮ੍ਰਿਤਕ ਸਰੀਰ ਨੇ ਉਹ ਵਾਰਸਾਂ ਦੇ ਹਵਾਲੇ ਕੀਤੇ ਜਾਣ। ਬਿਊਰੋ ਰਿਪੋਰਟ, ਰੰਗਲਾ TV।